ਅੱਜ ਫਿਰ ਪੰਜਾਬ ਵਿੱਚ ਵਾਪਰੀ ਇੱਕ ਕਤਲकांड ਦੀ ਘਟਨਾ ਨੇ ਸਵਾਲ ਖੜੇ ਕਰ ਦਿੱਤੇ ਨੇ ਹੁਣ ਤੱਕ ਕਿੰਨੇ ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਾ ਹੈ ਔਰ ਇਹ ਕਤਲ ਨੂੰ ਕਿਉਂ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਇਸ ਕਤਲ ਮਾਮਲੇ ਦੇ ਵਿੱਚ ਜ਼ਿੰਮੇਵਾਰੀ ਕਿਸ ਨੇ ਚੁੱਕੀ ਹੈ ਉਸ ਦੀ ਪੁਸ਼ਟੀ ਹਾਲੇ ਨਹੀਂ ਕੀਤੀ ਜਾ ਸਕਦੀ ਪੁਲਿਸ ਪ੍ਰਸ਼ਾਸਨ ਦਾ ਇਸ ਮਸਲੇ ਤੇ ਕੀ ਕਹਿਣਾ ਹੈ ਫਰੀਦਕੋਟ ਰੇਂਜ ਦੇ ਆਈਜੀ ਦਾ ਕੀ ਕਹਿਣਾ ਹੈ ਔਰ ਸੀਐਮ ਭਗਵੰਤ ਮਾਨ ਇਸ ਮਸਲੇ ਦੇ ਵਿੱਚ ਬੋਲੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਕਈ ਘਟਨਾਵਾਂ ਐਸੀਆਂ ਵਾਪਰ ਗਈਆਂ ਕਈ ਕਤਲकांड ਹੋ ਚੁੱਕੇ ਨੇ ਔਰ ਅਕਸਰ ਸਭ ਤੋਂ ਤੇ ਵੱਡੀ ਚਿੰਤਾ ਕਰਨ ਵਾਲੀ ਤੇ ਹੈਰਾਨੀਜਨ ਗੱਲ ਇਹ ਹੈ ਕਿ ਕੋਈ ਕਤਲ ਇਸ ਤਰ੍ਹਾਂ ਦੇ ਜਦੋਂ ਹੋ ਰਹੇ ਨੇ ਤਾਂ ਉਸ ਦੇ ਵਿੱਚ ਸੋਸ਼ਲ ਮੀਡੀਆ ਤੇ ਕੈਂਪੇਨ ਦੇ ਜ਼ਰੀਏ ਤੇ ਆਮ ਲੋਕਾਂ ਦੇ ਵਿੱਚ ਇੱਕ ਗੱਲ ਬੈਠ ਚੁੱਕੀ ਹੈ ਮਨ ਦੇ ਵਿੱਚ ਕਿ ਚਲੋ ਪਹਿਲਾਂ ਦੇਖਿਆ ਜਾਂਦਾ ਹੈ ਕਿ ਕਤਲ ਕਿਸ ਦਾ ਹੋਇਆ ਜਦੋਂ ਦੇਖਿਆ ਜਾਂਦਾ ਹੈ ਕਿ ਕਿਸੇ ਅੱਗ ਲਾਉਣ ਵਾਲੇ ਭੜਕਾਉ ਬੰਦੇ ਦਾ ਕਤਲ ਹੋਇਆ ਜਾਂ ਫਿਰ ਕਿਸੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਮਸਲੇ ਦੇ ਨਾਲ ਤੇ ਉਸ ਨਾਲ ਨਾਮਜ਼ਦ ਬੰਦੇ ਦਾ ਕਤਲ ਹੁੰਦਾ ਹੈ ਤਾਂ ਉਦੋਂ ਕੁਝ ਲੋਕਾਂ ਦੇ ਵੱਲੋਂ ਇੱਕ ਲੋਬੀ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਬਹੁਤ ਵਧੀਆ ਹੋਇਆ ਕਤਲਾਂ ਦੀ ਤਾਰੀਫ਼ ਕਿਉਂ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਵਿੱਚ ਕਿਉਂ ਬਣ ਗਏ ਇਹ ਸਾਰੀਆਂ ਗੱਲਾਂ ਦੇ ਜਵਾਬ ਇਸ ਰਿਪੋਰਟ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਦੱਸ ਦਈਏ ਕਿ ਜਿਸ ਦਾ ਕਤਲ ਹੋਇਆ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਐਫ ਆਈ ਆਰ ਨੰਬਰ 63 ਦੇ ਵਿੱਚ ਨਾਮਜ਼ਦ ਹੈ ਔਰ ਇਸਨੇ ਨਾਲ ਪੰਜ ਹੋਰ ਡੇਰਾ ਪ੍ਰੇਮੀ ਗ੍ਰਿਫਤਾਰ ਕੀਤੇ ਗਏ ਸੀ ਇੱਕ ਸਿੱਟ ਬਣਦੀ ਹੈ ਸਿੱਟ ਤਾਂ ਕਈ ਮਸਲਿਆਂ ਦੇ ਉੱਤੇ ਬਣ ਗਈਆਂ ਡੇਰਾ ਪ੍ਰੇਮੀਆਂ ਦੇ ਖਿਲਾਫ ਵੀ ਕਈ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਕਾਰਵਾਈ ਵੀ ਹੋਈ ਪਰ ਉਸਦੇ ਨਾਲ ਹਾਲੇ ਤਸੱਲੀ ਹੁੰਦੀ ਜਾਪਦੀ ਨਹੀਂ ਜਿਸ ਕਰਕੇ ਹਾਲੇ ਵੀ ਮੋਰਚੇ ਲੱਗ ਰਹੇ ਨੇ ਕਿ ਬਰਗਾੜੀ ਕਾਂਡ ਕੋਟਕਪੂਰਾ ਗੋਲੀ ਕਾਂਡ ਦੇ ਇਨਸਾਫ ਦੇ ਲਈ ਅਸੀਂ ਹਾਲੇ ਵੀ ਜੂਝ ਰਹੇ ਹਾਂ 7 ਸਾਲ ਹੋ ਗਏ ਬੇਅਦਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਨੂੰ ਔਰ ਉਸ ਦੇ ਵਿੱਚ ਇਨਸਾਫ ਪੂਰੀ ਤਰ੍ਹਾਂ ਨਹੀਂ ਮਿਲ ਸਕਿਆ ਇਸ ਦੇ ਲਈ ਰੋਸ ਵੀ ਪਾਇਆ ਜਾਂਦਾ ਸਮੇਂ-ਸਮੇਂ ਦੇ ਉੱਤੇ ਧਰਨੇ ਮੁਜ਼ਾਰੇ ਵੀ ਹੁੰਦੇ ਨੇ ਔਰ ਕਈ ਤਰ੍ਹਾਂ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ ਪਰ ਕੋਈ ਵੀ ਸਰਕਾਰ ਇਸ ਮਸਲੇ ਦੇ ਉੱਤੇ ਹੁਣ ਤੱਕ ਪੂਰੀ ਤਰ੍ਹਾਂ ਇਨਸਾਫ ਦੇਣ ਵਿੱਚ ਕਾਮਯਾਬ ਨਹੀਂ ਹੋ ਸਕੀ ਸਫਲ ਨਹੀਂ ਹੋ ਸਕੀ ਜਿਸ ਕਰਕੇ ਸਵਾਲ ਉੱਠਦੇ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ 2015 ਦੇ ਵਿੱਚ ਇਹ ਕਾਂਡ ਹੁੰਦਾ ਉਸ ਤੋਂ ਬਾਅਦ ਗੋਲੀ ਵੀ ਚੱਲਦੀ ਹੈ ਜਿਸ ਦੇ ਵਿੱਚ ਵੱਡੇ-ਵੱਡੇ ਲੀਡਰਾਂ ਸਿਆਸੀ ਲੀਡਰਾਂ ਨੂੰ ਖਮਿਆਜਾ ਵੀ ਭੁਗਤਣਾ ਪਿਆ ਔਰ ਵੱਡੇ-ਵੱਡੇ ਪੁਲਿਸ ਅਧਿਕਾਰੀਆਂ ਦੇ ਉੱਤੇ ਜਿਹੜਾ ਉਹਨਾਂ ਨੂੰ ਡਿਸਮਿਸ ਤੱਕ ਵੀ ਕੀਤਾ ਗਿਆ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਤਸੱਲੀ ਨਹੀਂ ਹੋਈ ਜਿਸ ਦੇ ਕਰਕੇ ਲਗਾਤਾਰੇ ਮੰਗ ਕੀਤੀ ਜਾਂਦੀ ਹੈ ਕਿ ਇਨਸਾਫ ਦਿਓ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਵੀ ਲਾਰਾ ਲਾਇਆ ਸੀ ਕਿ ਅਸੀਂ ਕਾਰਵਾਈ ਕਰਾਂਗੇ ਪਰ ਉਹਨਾਂ ਦੇ 5 ਸਾਲ ਵੀ ਬੀਤ ਜਾਂਦੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੀ ਤੇ ਚਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵੀ 111 ਦਿਨ ਉਸ ਤੋਂ ਬਾਅਦ ਆ ਗਏ 7 ਮਹੀਨੇ ਬੀਤ ਚੁੱਕੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਾ ਇਹਨਾਂ ਤੋਂ ਇਸ ਮਸਲੇ ਦੇ ਵਿੱਚ ਕੁਝ ਠੋਸ ਕਾਰਵਾਈ ਹੋ ਸਕੀ ਹੈ ਹਾਲਾਂਕਿ ਜਦੋਂ ਮੋਰਚਾ ਲੱਗਦਾ ਤੇ ਸਬੰਧਤ ਕੋਟਕਪੂਰੇ ਦੇ ਜਿਹੜੇ ਵਿਧਾਇਕ ਨੇ ਤੇ ਹੁਣ ਸਪੀਕਰ ਬਣ ਚੁੱਕੇ ਨੇ ਕੁਲਤਾਰ ਸਿੰਘ ਸੰਧਵਾ ਉਹ ਉਹਨਾਂ ਸਮਾਗਮਾਂ ਵਿੱਚ ਜਾਂਦੇ ਨੇ ਔਰ ਇੱਥੋਂ ਤੱਕ ਕਹਿੰਦੇ ਨੇ ਕਿ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਔਰ ਸਾਡੇ ਸਭ ਦੇ ਸਾਂਝੇ ਗੁਰੂ ਨੇ ਗੁਰੂ ਦੇ ਆਂਚ ਜਿਹੜੀ ਆਈ ਹੈ ਜਾਂ ਬੇਅਦਬੀ ਕਰਨ ਕੀਤੀ ਗਈ ਉਸ ਨੂੰ ਲੈ ਕੇ ਅਸੀਂ ਬਚਨ ਬਾਦ ਦਾ ਤੇ ਇਨਸਾਫ ਦੇਖ ਕੇ ਰ੍ਹਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ ਪਰ ਕਾਰਵਾਈ ਹੈ ਜਿਹੜੀ ਅਮਲੀ ਰੂਪ ਚ ਨਜ਼ਰ ਨਹੀਂ ਆਉਂਦੀ ਤਾਂ ਹੁਣ ਜਿਹੜਾ ਇਹ ਘਟਨਾਕ੍ਰਮ ਵਾਪਰਿਆ ਇਸ ਬਾਰੇ ਦੱਸਦੀਆਂ ਕਿ ਹੁਣ ਤੱਕ ਕੀ ਕੁਝ ਅਪਡੇਟ ਆਇਆ ਸਭ ਤੋਂ ਪਹਿਲਾਂ ਦੱਸਦੀ ਕਿ ਸਵੇਰੇ ਤਕਰੀਬਨ 7 ਵਜੇ ਦਾ ਸਮਾਂ ਸੀ ਜਦੋਂ ਆਪਣੀ ਦੁਕਾਨ ਖੋਲਣ ਦੇ ਲਈ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਜਿਸ ਨੂੰ ਸੁਰੱਖਿਆ ਮੁਲਾਜ਼ਮ ਵੀ ਮਿਲੇ ਹੋਏ ਸੀ ਸਿਕਿਉਰਟੀ ਵੀ ਮਿਲੀ ਹੋਈ ਸੀ ਤੇ 2021 ਤੋਂ ਜ਼ਮਾਨਤ ਦੇ ਉੱਤੇ ਚੱਲ ਰਿਹਾ ਸੀ 6 ਪੰਜ ਤੋਂ 6 ਗ੍ਰਿਫਤਾਰੀਆਂ ਹੋਈਆਂ ਸੀ ਇਸ ਮਸਲੇ ਦੇ ਵਿੱਚ ਜਦੋਂ ਐਸਪੀਐਸ ਪਰਮਾਰ ਦੀ ਗਠਨ ਹੋਇਆ ਸਿੱਟ ਦਾ ਸਿੱਟ ਦੇ ਮੁਖੀ ਨੇ ਐਸਪੀਐਸ ਪਰਮਾਰ ਉਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਸੀ ਉਸ ਦੇ ਵਿੱਚ ਜਿਹੜੀ ਗ੍ਰਿਫਤਾਰੀ ਕੀਤੀ ਗਈ ਸੀ ਉਹ ਸ਼ਕਤੀ ਸਿੰਘ ਡੇਰਾ ਪ੍ਰੇਮੀ ਸੁਖਜਿੰਦਰ ਸਿੰਘ ਰਣਜੀਤ ਸਿੰਘ ਬਲਜੀਤ ਸਿੰਘ ਨਿਸ਼ਾਨ ਸਿੰਘ ਤੇ ਪ੍ਰਦੀਪ ਸਿੰਘ ਇਹ 6 ਗ੍ਰਿਫਤਾਰੀਆਂ ਹੋਈਆਂ ਸੀ ਉਸ ਦੇ ਵਿੱਚੋਂ ਜਿਹੜਾ ਇਹ ਪ੍ਰਦੀਪ ਸਿੰਘ ਸੀ 2021 ਤੋਂ ਜ਼ਮਾਨਤ ਦੇ ਉੱਤੇ ਚੱਲ ਰਿਹਾ ਸੀ ਤਾਂ ਇਸ ਦੇ ਨਾਲ ਦੱਸ ਦਈਏ ਕਿ ਇਹ ਡੇਰਾ ਪ੍ਰੇਮੀ ਇਕਲੌਤਾ ਨਹੀਂ ਹੈ ਜਿਸ ਦਾ ਉਦੋਂ ਤੋਂ ਲੈ ਕੇ ਹੁਣ ਤੱਕ ਕਤਲ ਹੋ ਗਿਆ ਪਹਿਲਾ ਕਤਲ 2016 ਦੇ ਵਿੱਚ ਹੀ ਹੋ ਜਾਂਦਾ ਇੱਕ ਡੇਰਾ ਪ੍ਰੇਮੀ ਦਾ ਉਦੋਂ ਤੋਂ ਲੈ ਕੇ ਇਹਨਾਂ 7 ਸਾਲਾਂ ਦੇ ਵਿੱਚ ਤਕਰੀਬਨ 7 ਡੇਰਾ ਪ੍ਰੇਮੀਆਂ ਦੇ ਕਤਲ ਹੋ ਚੁੱਕੇ ਨੇ ਜਿਸ ਦੇ ਗੁਰਦੇਵ ਸਿੰਘ ਦਾ ਵੀ ਕਤਲ ਇਸ ਮਸਲੇ ਦੇ ਵਿੱਚ ਹੋ ਚੁੱਕਾ ਹੈ ਮਨੋਰ ਲਾਲ ਦਾ ਕਤਲ ਹੋ ਚੁੱਕਾ ਹੈ ਮਹਿੰਦਰਪਾਲ ਬਿੱਟੂ ਜਿਹੜਾ ਕਿ ਨਾਬਾ ਜੇਲ੍ਹ ਦੇ ਵਿੱਚ ਸੀ ਕਸਟਡੀ ਦੇ ਵਿੱਚ ਹੀ ਹਿਰਾਸਤ ਦੇ ਵਿੱਚ ਸੀ ਜੇਲ੍ਹ ਦੇ ਅੰਦਰ ਹੀ ਕਤਲ ਹੋ ਗਿਆ ਸੀ ਉਦੋਂ ਵੀ ਕਈ ਸਵਾਲ ਉੱਠੇ ਸੀ ਕਿ ਹੋ ਸਕਦਾ ਇਸਨੇ ਬਹੁਤ ਸਾਰੇ ਸਬੂਤ ਇਸ ਦੇ ਨਾਲ ਦੱਬ ਗਏ ਹੋਣ ਬਹੁਤ ਸਾਰੇ ਰਾਜ ਇਸ ਦੇ ਨਾਲ ਦੱਬ ਗਏ ਹੋਣ ਕਿਉਂਕਿ ਡੇਰਾ ਪ੍ਰੇਮੀ ਜਿਹੜਾ ਇਹ ਦੱਸੇਗਾ ਤੰਦਾ ਜੋੜੇਗਾ ਕਿ ਕਦੋਂ ਤੇ ਕਿਵੇਂ ਪਲੈਨਿੰਗ ਕੀਤੀ ਗਈ ਬੇਅਦਬੀ ਦੀ ਜਾਂ ਇਸ ਮਸਲੇ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਜੁੜੀਆਂ ਸੀ ਉਹ ਸਾਰੇ ਰਾਜ ਦੱਬ ਗਏ ਸੀ ਮਹਿੰਦਰਪਾਲ ਬਿੱਟੂ ਜਿਸ ਦਾ ਸਬੰਧ ਵੀ ਕੋਟਕਪੂਰਾ ਦੇ ਨਾਲ ਸੀ ਉਸ ਦਾ ਕਤਲ ਹੋ ਜਾਂਦਾ ਚਰਨਦਾਸ ਦਾ ਕਤਲ ਹੋ ਗਿਆ ਸਤਪਾਲ ਸ਼ਰਮਾ ਦਾ ਕਤਲ ਹੋ ਗਿਆ ਰਮੇਸ਼ ਕੁਮਾਰ ਡੇਰਾ ਪ੍ਰੇਮੀ ਸੀ ਉਸ ਦਾ ਕਤਲ ਵੀ ਹੋਇਆ ਔਰ ਜਿਹੜੇ ਇਹ ਕਤਲ ਹੋਏ ਨੇ ਤਕਰੀਬਨ ਹੁਣ ਤੱਕ ਸੱਤ ਡੇਰਾ ਪ੍ਰੇਮੀ ਇਸ ਦੀ ਭੇਟ ਚੜ ਚੁੱਕੇ ਨੇ ਪਰ ਹਾਲੇ ਤੱਕ ਕਿਸੇ ਵੀ ਨਤੀਜੇ ਦੇ ਉੱਤੇ ਨਹੀਂ ਪੁੱਜਿਆ ਜਾ ਰਿਹਾ ਨਾ ਹੀ ਕੋਈ ਇਨਸਾਫ ਦੀ ਗੱਲ ਨਜ਼ਰ ਆ ਰਹੀ ਹੈ ਜਿਹੜੀ ਕਤਲਗਾਰਤ ਹੈ ਉਹ ਲਗਾਤਾਰ ਜਾਰੀ ਹੈ ਪੰਜਾਬ ਦੇ ਵਿੱਚ ਹੋ ਰਹਾ ਇਹ ਕਤਲਾਂ ਨੂੰ ਲੈ ਕੇ ਪਹਿਲਾ ਸੁਧੀਰ ਸੂਰੀ ਵਾਲਾ ਮਸਲਾ 4 ਨਵੰਬਰ ਨੂੰ ਹੁੰਦਾ ਹੈ ਉਸ ਤੋਂ ਪਹਿਲਾਂ ਦੋ ਵੱਡੇ ਹਾਈ ਪ੍ਰੋਫਾਈਲ ਕਤਲ ਹੋਏ ਸੀ ਜਿਸ ਦੇ ਵਿੱਚ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲੰਬੀਆਂ ਜਿਸ ਦੀ ਕਿਹਾ ਜਾ ਰਿਹਾ ਸੀ ਕਿ ਉਹ ਤਾਂ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ ਕਬੱਡੀ ਦੀ ਸਿਆਸਤ ਨੇ ਸੰਦੀਪ ਨੰਗਲੰਬੀਆਂ ਦੀ ਜਾਨ ਲੈ ਲਈ ਪਰ ਉਹ ਦੋਸ਼ੀ ਵੀ ਹਾਲੇ ਕਾਬੂ ਨਹੀਂ ਉਹ ਵੀ ਇਲਜ਼ਾਮ ਲੱਗੇ ਪੀੜਤ ਧਿਰਾ ਜਿਹੜੀ ਪਰਿਵਾਰ ਨੇ ਤੇ ਮੁੱਖ ਗਵਾਹ ਨੇ ਇਥੋਂ ਤੱਕ ਇਲਜ਼ਾਮ ਲਾਇਆ ਕਿ ਸਰਕਾਰ ਦਾ ਥਾਪੜਾ ਉਹਨਾਂ ਮੁੱਖ ਕਾਤਲਾਂ ਦੇ ਉੱਤੇ ਜਿਹੜੇ ਜ਼ਿੰਮੇਵਾਰ ਨੇ ਔਰ ਜਿਹੜੇ ਸ਼ੂਟਰ ਨੇ ਸਿਰਫ ਉਹਨਾਂ ਨੂੰ ਕਾਬੂ ਕਰਨ ਦੇ ਨਾਲ ਗੱਲ ਨਹੀਂ ਬਣਦੀ ਜਦੋਂ ਤੱਕ ਮੁੱਢ ਤੇ ਨਹੀਂ ਪਹੁੰਚਿਆ ਜਾਂਦਾ ਤਾਂ ਫਿਰ ਹਾਈ ਪ੍ਰੋਫਾਈਲ ਇੱਕ ਕਤਲ ਕੇਸ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਹੋਇਆ ਉਸ ਤੋਂ ਲੈ ਕੇ ਵੀ ਹਾਲੇ ਤੱਕ ਪੂਰੀ ਤਰ੍ਹਾਂ ਤੰਦਾ ਨਹੀਂ ਖੁੱਲ ਸਕੀਆਂ ਰਾਜ ਨਹੀਂ ਖੁੱਲ ਸਕੇ ਕਿ ਉਸ ਦੇ ਪਿੱਛੇ ਹੋਰ ਕੌਣ ਕੌਣ ਹੈ ਇਸ ਮਸਲੇ ਦੇ ਵਿੱਚ ਵੀ ਜਿਹੜਾ ਪ੍ਰਦੀਪ ਸਿੰਘ ਡੇਰਾ ਪ੍ਰੇਮੀ ਦਾ ਕਤਲ ਹੋਇਆ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਤੇ ਇਸ ਦੇ ਨਾਲ ਇੱਕ ਨਾਮ ਜੁੜਿਆ ਜਿਸ ਦੇ ਵਿੱਚ ਮਾਸਟਰ ਮਾਈਂਡ ਦੱਸਿਆ ਗਿਆ ਸੀ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ 'ਚ 골ਡੀ ਬਰਾੜ ਇੱਕ ਪੋਸਟ ਮੁਰ ਤੋਂ ਵਾਇਰਲ ਕੀਤੀ ਜਾ ਰਹੀ ਹੈ ਕਿ 골ਡੀ ਬਰਾੜ ਨੇ ਇਸ ਕਤਲ ਦੀ ਵੀ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਇਹ ਵੀ ਇੱਕ ਟ੍ਰੈਂਡ ਚੱਲ ਗਿਆ ਕਤਲ ਕੋਈ ਕਰਦਾ ਹੈ ਜ਼ਿੰਮੇਵਾਰੀ ਦੀਆਂ ਪੋਸਟਾਂ ਕਈ ਤਰ੍ਹਾਂ ਦੀਆਂ ਘੁੰਮ ਜਾਂਦੀਆਂ ਨੇ ਔਰ ਜਿਵੇਂ ਕਿ ਲੰਡਾ ਹਰੀਕੇ ਆ ਜਿਹੜਾ ਉਸਦੀਰ ਸੂਰੀ ਵਾਲੇ ਮਸਲੇ ਦੇ ਵਿੱਚ ਵੀ ਪੋਸਟ ਇੱਕ ਵਾਇਰਲ ਹੋ ਜਾਂਦੀ ਹੈ ਕਿ ਅਸੀਂ ਜ਼ਿੰਮੇਵਾਰੀ ਲੈਨੇ ਆ ਜਿਹੜਾ ਇੱਕ ਧਰਮ ਦੇ ਖਿਲਾਫ ਇਸ ਤਰ੍ਹਾਂ ਬੋਲੇਗਾ ਤਾਂ ਉਸ ਦਾ ਸੋਦਾ ਇਸੇ ਤਰ੍ਹਾਂ ਲਗਾਇਆ ਜਾਵੇਗਾ ਤਾਂ ਹੁਣ ਇਸ ਮਸਲੇ ਦੇ ਵਿੱਚ ਵੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਹਾਲਾਂਕਿ ਇਸ ਦੀ ਪੁਸ਼ਟੀ ਹਾਲੇ ਤੱਕ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਪੋਸਟਾਂ ਵਾਇਰਲ ਹੋਣ ਦਾ 트ੈਂਡ ਹੈ ਜਿਹੜਾ ਜਾਂ ਫੋਨ ਕਾਲ ਤੇ ਆਉਣ ਵਾਲੀਆਂ ਧਮਕੀਆਂ ਦਾ 트ੈਂਡ ਹੈ ਜਿਹੜਾ ਇਸ ਨੂੰ ਲੈ ਕੇ ਵੀ ਕ੍ਰਾਈਮ ਸੈੱਲ ਹੈ ਜਿਹੜਾ ਜਾਂ ਪੰਜਾਬ ਪੁਲਿਸ ਪੂਰੀ ਤਰ੍ਹਾਂ ਛਾਣਬੀਨ ਨਹੀਂ ਕਰ ਸਕਦੀ ਤੇ ਨਾ ਹੀ ਹੁਣ ਤੱਕ ਉਹਨਾਂ ਨੇ ਕੋਈ ਸਿੱਟਾ ਕੱਢ ਕੇ ਦਿੱਤਾ ਕਿ ਇਸ ਤਰ੍ਹਾਂ ਦੀਆਂ ਪੋਸਟਾਂ ਕੌਣ ਪਾ ਦਿੰਦਾ ਹੈ ਵਾਇਰਲ ਕੌਣ ਕਰ ਦਿੰਦਾ ਹੈ ਉਹ ਪੋਸਟਾਂ ਪਾਉਣ ਵਾਲਿਆਂ ਨੂੰ ਹੁਣ ਤੱਕ ਕਾਬੂ ਕਿਉਂ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਟ੍ਰੇਸ ਕਿਉਂ ਨਹੀਂ ਕਰ ਪਾਉਂਦੀ ਪੰਜਾਬ ਪੁਲਿਸ ਕੀ ਐਡਾ ਵੱਡਾ ਜਾਲ ਹੈ ਜਾ ਤਕਨੀਕ ਦੇ ਪੱਖੋਂ ਇੰਨੀ ਨਿਕਮਮੀ ਆ ਪੰਜਾਬ ਪੁਲਿਸ ਕਿਉਂ ਨਾ ਤੱਕ ਪਹੁੰਚਿਆ ਨਹੀਂ ਜਾਂਦਾ ਹੁਣ ਇਸ ਮਸਲੇ ਦੇ ਵਿੱਚ ਵੀ ਹੋ ਰਹੀਆਂ ਪੋਸਟਾਂ ਜਿਹੜੀਆਂ ਵਾਇਰਲ ਨੇ ਜਾਂ ਪਿਛਲੇ ਕੇਸਾਂ ਦੇ ਵਿੱਚ ਕਤਲकांड ਹੁੰਦੇ ਨੇ ਹੋਰ ਵਾਰਦਾਤਾਂ ਹੁੰਦੀਆਂ ਨੇ ਜ਼ਿੰਮੇਵਾਰੀਆਂ ਸ਼ਰੇਆਮ ਲੈ ਲੀਆਂ ਜਾਂਦੀਆਂ ਨੇ ਪਰ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਨਾਲ ਉੱਥੇ ਤੱਕ ਨਹੀਂ ਪਹੁੰਚਿਆ ਜਾਂਦਾ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਔਰ ਇਸ ਦਾ ਜਵਾਬ ਤਾਂ ਹੀ ਦੇ ਦਿੱਤਾ ਜਾ ਸਕਦਾ ਜੇਕਰ ਇਹਨਾਂ ਸਬੰਧਤ ਸਵਾਲਾਂ ਦੇ ਜਵਾਬ ਵਿੱਚ ਕੋਈ ਜਵਾਬੀ ਕਾਰਵਾਈ ਪੰਜਾਬ ਪੁਲਿਸ ਦੇ ਵੱਲੋਂ ਵੀ ਕੀਤੀ ਜਾਵੇ ਜਿਹੜੀ ਅੱਜ ਘਟਨਾ ਵਾਪਰੀ ਸਵੇਰੇ ਸਵੇਰੇ ਸੁਰੱਖਿਆ ਮੁਲਾਜ਼ਮ ਮਿਲੇ ਹੋਏ ਸੀ ਸੁਰੱਖਿਆ ਮੁਲਾਜ਼ਮ ਨੇ ਜਵਾਬੀ ਕਾਰਵਾਈ ਵੀ ਕੀਤੀ ਫਾਇਰਿੰਗ ਵੀ ਕੀਤੀ ਗਈ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਮੁਲਾਜ਼ਮ ਵੀ ਆ ਜਿਹੜਾ ਜ਼ਖਮੀ ਹੈ ਤੇ ਜਿਹਰੇ ਇਲਾਜ ਹੈ ਹਸਪਤਾਲ ਦੇ ਵਿੱਚ ਪਰ ਪ੍ਰਦੀਪ ਸਿੰਘ ਡੇਰਾ ਪ੍ਰੇਮੀ ਆ ਜਿਹੜਾ ਉਸ ਨੂੰ ਗੋਲੀਆਂ ਦੇ ਨਾਲ ਭੁੰਨਿਆ ਗਿਆ ਕਤਲ ਕਰ ਦਿੱਤਾ ਗਿਆ ਔਰ ਇਸੇ ਮਸਲੇ ਦੇ ਨਾਲ ਤੁਹਾਡੇ ਨਾਲ ਜਿਵੇਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਪਹਿਲਾ ਕਤਲ ਨਹੀਂ ਹੈ ਹੁਣ ਤੱਕ ਡੇਰਾ ਪ੍ਰੇਮੀਆ ਦੇ 7 ਕਤਲ ਹੋ ਚੁੱਕੇ ਨੇ ਉਹ ਕਤਲਾਂ ਦੀ ਤਾਂ ਦਾ ਜਿਹੜੀ ਸਿੱਧਾ ਇਸੇ ਨਾਲ ਜੁੜਦੀ ਹੈ ਜਾਂ ਫਿਰ ਕੋਈ ਹੋਰ ਵੀ ਵਿੱਚੋਂ ਰੰਜਿਸ਼ ਕੱਢ ਗਿਆ ਇਸੇ ਬਹਾਨੇ ਉਹਨਾਂ ਨੂੰ ਕਤਲ ਕਰ ਗਿਆ ਕਿਸੇ ਹੋਰ ਮਸਲੇ ਦੇ ਵਿੱਚ ਵੀ ਇਸ ਬਾਰੇ ਵੀ ਹਾਲੇ ਤੱਕ ਕੋ ਸਪਸ਼ਟ ਨਹੀਂ ਹੋ ਸਕਿਆ ਐਫ ਆਈ ਆਰ ਨੰਬਰ 63 ਹੈ ਜਿਹੜਾ ਬਰਗਾੜੀ ਕਾਂਡ ਹੋਇਆ ਸੀ ਉਸ ਦੇ ਵਿੱਚ ਪ੍ਰਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ ਹੋਲ ਡੇਰਾ ਪ੍ਰੇਮੀਆਂ ਦੇ ਵਾਂਗ ਹੁਣ ਮੁੜਲੀ ਜਾਂਚ ਦੇ ਵਿੱਚ ਇਹ ਵੀ ਸ਼ੰਕੇ ਜਿਤਾਏ ਜਾ ਰਹੇ ਨੇ ਕਿ ਕਿਤੇ ਨਾ ਕਿਤੇ ਸੁਰੱਖਿਆ ਮੁਲਾਜ਼ਮ ਦੇ ਵੱਲੋਂ ਵੀ ਕੋਈ ਨਾ ਕੋਈ ਘਾਟ ਰਹੀ ਹੈ ਜਿਸ ਦੇ ਕਰਕੇ ਫਾਇਦਾ ਚੁੱਕਿਆ ਕਾਤਲਾ ਨਹੀਂ ਤੇ ਕਤਲ ਕਰ ਦਿੱਤਾ ਗਿਆ ਹੁਣੇ ਕਤਲ ਕਰਨ ਵਾਲਿਆਂ ਦੀਆਂ ਤਸਵੀਰਾਂ ਨੇ ਸੀਸੀਟੀਵੀ ਚ ਕੈਦ ਹੋ ਗਈਆਂ ਨੇ ਕਿੰਨੀ ਛੇਤੀ ਟਰੇਸ ਕਰ ਲਏ ਜਾਂਦੇ ਨੇ ਬੰਦੇ ਇਹ ਵੀ ਇੱਕ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਪਰ ਮੁਢਲੇ ਤੌਰ ਦੇ ਉੱਤੇ ਇੱਕ ਬਿਆਨ ਫਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਯਾਦਵ ਦਾ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਸਾਰੀ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਗਿਆ ਔਰ ਜਿਹੜਾ ਇੱਕ ਡੇਰਾ ਪ੍ਰੇਮੀ ਹੈ ਜਿਹੜਾ ਜਿਸ ਦਾ ਕਤਲ ਹੋਇਆ ਇਸ ਦੇ ਨਾਲ ਸੰਬੰਧਿਤ ਜਿੰਨੀ ਵੀ ਜਾਂਚ ਹੈ ਉਸ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਤੇ ਟੀਮਾਂ ਨੇ ਜਾ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਹੁਣ ਇੱਥੇ ਤੱਕ ਕਿ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹਨਾਂ ਦਾ ਜਵਾਬ ਬੜੀ ਦੇਰੀ ਨਾਲ ਆਇਆ ਇਸ ਮਸਲੇ ਦੇ ਵਿੱਚ ਤਾਂ ਜਵਾਬ ਆ ਗਿਆ ਟਵੀਟ ਕਰ ਦਿੱਤਾ ਗਿਆ ਪਹਿਲਾਂ ਇੰਨੇ ਕਤਲ ਹੋ ਗਏ ਉਸ ਦੇ ਵਿੱਚ تسਲੀ ਬਖਸ਼ ਕੋਈ ਕਾਰਵਾਈ ਨਜ਼ਰ ਨਹੀਂ ਆਈ ਜਿਸ ਦੇ ਕਰਕੇ ਆਮ ਆਦਮੀ ਪਾਰਟੀ ਤੇ ਵੀ ਸਰਕਾਰ ਦੇ ਉੱਤੇ ਵੀ ਸਵਾਲ ਉੱਠੇ ਕਿ ਇੰਨਾ ਤੋਂ ਲਾਅ ਐਂਡ ਆਰਡਰ ਦੀ ਸਥਿਤੀ ਵਿਗੜ ਚੁੱਕੀ ਹੈ ਹਾਲਾਂਕਿ ਇਸ ਮਸਲੇ ਦੇ ਉੱਤੇ ਫਾਇਦਾ ਚੁੱਕਦੇ ਆ ਸਿਆਸੀ ਪਾਰਟੀਆਂ ਨੇ ਜਿਹੜੀਆਂ ਉਹਨਾਂ ਨੇ ਵੀ ਜੰਮ ਕੇ ਘੇਰਿਆ ਪ੍ਰਤਾਪ ਸਿੰਘ ਬਾਜਵਾ ਹੋਣ ਰਾਜਾ ਬੜਿੰਗ ਹੋਣ ਇੱਥੋਂ ਤੱਕ ਕਿ ਭਾਜਪਾ ਦੀ ਲੀਡਰਸ਼ਿਪ ਹੋਵੇ ਅਸ਼wini ਸ਼ਰਮਾ ਹੋਣ ਜਾਂ ਉਹਨਾਂ ਦੇ ਹੋਰ ਵਿਧ ਜਾ ਲੀਡਰਸ਼ਿਪ ਹੋਵੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਸਾਰੀ ਟੀਮ ਨੇ ਸਮੇਂ-ਸਮੇਂ ਦੇ ਉੱਤੇ ਘੇਰਿਆ ਕਿ ਆਮ ਆਦਮੀ ਪਾਰਟੀ ਲਾਅ ਐਂਡ ਆਰਡਰ ਨੂੰ ਕਾਬੂ ਕਰਨ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਦੇਖਣ ਨੂੰ ਆਈਆਂ ਤੇ ਹੁਣ ਅਮਨ ਪਸੰਦ ਸੂਬਾ ਦੱਸਿਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਔਰ ਇੱਥੋਂ ਤੱਕ ਇਹ ਵੀ ਕਿਹਾ ਗਿਆ ਕਿ ਜਿਹੜੀ ਇਹ ਅਮਨ ਪਸੰਦ ਨੂੰ ਭੰਗ ਕਰਨ ਵਾਲੇ ਸ਼ਾਂਤੀ ਨੂੰ ਭੰਗ ਕਰਨ ਵਾਲੇ ਲੋਕ ਨੇ ਜੇਕਰ ਆਵਾਜ਼ ਨਹੀਂ ਆਉਣਗੇ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਹੁਣ ਮੁੱਖ ਮੰਤਰੀ ਦੇ ਟਵੀਟ ਨਾਲ ਸਰਦਾ ਜਿਸ ਤੋਂ ਅੱਗੇ ਦੀ ਕਾਰਵਾਈ ਹੋਵੇਗੀ ਕਿਉਂਕਿ ਸਖਤ ਜਾਂਚ ਦੇ ਆਦੇਸ਼ ਅਧਿਕਾਰੀਆਂ ਨੂੰ ਦੇ ਦਿੱਤੇ ਗਏ ਨੇ ਮੁੱਖ ਮੰਤਰੀ ਦੇ ਵੱਲੋਂ ਕਿਹਾ ਗਿਆ ਹੈ ਹੁਣ ਇਹ ਆਦੇਸ਼ ਕਿੰਨੇ ਕੰਮ ਆਉਂਦੇ ਨੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਬੇਅਦਬੀ ਦੇ ਕੇਸ ਦੇ ਵਿੱਚ 7 ਸਾਲ ਹੋ ਚੁੱਕੇ ਨੇ ਸੱਤਾਂ ਸਾਲਾਂ ਦੇ ਵਿੱਚ ਕੋਈ ਠੋਸ ਕਦਮ ਚੁੱਕਿਆ ਨਜ਼ਰ ਨਹੀਂ ਆ ਰਿਹਾ ਕਿਸੇ ਵੀ ਸਰਕਾਰ ਦੇ ਵੱਲੋਂ ਜਿਸ ਦੇ ਕਰਕੇ ਇਹ ਸਾਰੀ ਕਤਲੋਗਾਰਥ ਹਾਲੇ ਜਾਰੀ ਹੈ 2021 ਤੋਂ ਜ਼ਮਾਨਤ ਦੇ ਉੱਤੇ ਚੱਲ ਰਿਹਾ ਪ੍ਰਦੀਪ ਸਿੰਘ ਡੇਰਾ ਪ੍ਰੇਮੀ ਭੇਟ ਚੜ ਗਿਆ ਕਤਲ ਕਰ ਦਿੱਤਾ ਗਿਆ ਇਸੇ ਤਰ੍ਹਾਂ ਮਹਿੰਦਰਪਾਲ ਬਿੱਟੂ ਦਾ ਕਤਲ ਕੇਸ ਆ ਜਿਹੜਾ ਉਹ ਵੀ ਚਰਚਾ ਦੇ ਵਿੱਚ ਆਇਆ ਸੀ ਜਦੋਂ ਨਾਬਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਜਦੋਂ ਪੁਲਿਸ ਕਸਟਡੀ ਦੇ ਵਿੱਚ ਵੀ ਕਤਲ ਹੋ ਜਾਵੇ ਤੇ ਬਾਹਰ ਵੀ ਸੁਰੱਖਿਆ ਦਿੱਤੀ ਹੋਣ ਦੇ ਬਾਵਜੂਦ ਕਤਲ ਹੋਣ ਲੱਗੇ ਨੇ ਤਾਂ ਹੁਣ ਇਸ ਦੇ ਨਾਲ ਚਿੰਤਾ ਹੋਰ ਵਧਣੀ ਚਾਹੀਦੀ ਹੈ ਪੰਜਾਬ ਦੇ ਲੋਕ ਡਰਨਗੇ ਸਹਿਮਣਗੇ ਪਰ ਇਸ ਮਸਲੇ ਦੇ ਵਿੱਚ ਚਕੰਨਾ ਉਹਨਾਂ ਨੂੰ ਹੋਣਾ ਚਾਹੀਦਾ ਜਿਨ੍ਹਾਂ ਦੇ ਹੱਥ ਵਿੱਚ ਪ੍ਰਬੰਧ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਕਾਰਜਕਾਲ ਸੰਭਾਲਣਾ ਜਿਨ੍ਹਾਂ ਨੇ ਸਰਕਾਰ ਚਲਾਉਣੀ ਹੈ ਉਹਨਾਂ ਨੂੰ ਦੇਖਣਾ ਪਵੇਗਾ ਕਿ ਜੇਕਰ ਆਮ ਲੋਕ ਵੀ ਇਸੇ ਤਰ੍ਹਾਂ ਭੇਟ ਚੜਦੇ ਰਹਿਣਗੇ ਤਾਂ ਫਿਰ ਕਿਵੇਂ ਗੱਲ ਬਣੇਗੀ ਆਮ ਲੋਕਾਂ ਨੂੰ ਸੁਰੱਖਿਆ ਕਿਵੇਂ ਦਿੱਤੀ ਜਾ ਸਕਦੀ ਹੈ